ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਤੀਜਾ, ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ, ਅਭਿਆਸ ਨੰਬਰ 3.2, ਅਤੇ ਇਸ ਅਭਿਆਸ ਦਾ ਆਖਰੀ ਸਵਾਲ 7ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ, ਤੁਹਾਡੀਆਂ 10ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਚੈਨਲ ਤੇ ਜਾ ਕੇ ਦੇਖੋ। ਇੱਕ ਹੈਗੀ 10th ਮੈਥ ਨੋਟਸ, ਇੱਕ ਹੈਗੀ 10th ਸਾਇੰਸ, ਫਿਰ ਇੱਕ ਹੈਗੀ 10th ਇੰਗਲਿਸ਼ MCV, ਇੱਕ ਹੈਗੀ 10th ਇੰਗਲਿਸ਼ ਲਿਟਰੇਚਰ, ਇੱਕ ਹੈਗੀ 10th ਗ੍ਰੈਮਰ, ਇੱਕ ਹੈਗੀ ਗਣਿਤ ਦੇ ਸਿਧਾਂਤ, ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖੀਏ ਬੱਚੋ ਨੇ ਵਾਲਾ ਸਵਾਲ। ਕਹਿੰਦੇ ਸਮੀਕਰਨਾਂ x ਘਟਾ y ਜਮਾ 1 ਬਰਾਬਰ 0 ਅਤੇ 3x ਜਮਾ 2y ਘਟਾ 12 ਬਰਾਬਰ 0 ਦਾ ਗ੍ਰਾਫ ਖਿੱਚੋ। x ਧੁਰੇ ਅਤੇ ਇਹਨਾਂ ਰੇਖਾਵਾਂ ਨਾਲ ਬਣੇ, ਮਤਲਬ ਕਿ ਦੋ ਰੇਖਾਵਾਂ ਹੋ ਜਾਣਗੀਆਂ, ਇੱਕ ਰੇਖਾ ਇਸ ਸਮੀਕਰਨ ਦੀ, ਇੱਕ ਰੇਖਾ ਇਸ ਸਮੀਕਰਨ ਦੀ, ਤੇ ਇੱਕ ਰੇਖਾ ਹੋ ਜਾਏਗੀ x ਧੁਰਾ ਜਿਹੜਾ ਲੇਟਵਾਂ ਹੁੰਦਾ ਹੈ x ਧੁਰੇ ਦੇ ਨਾਲ। ਫਿਰ ਜੇ ਤਿੰਨ ਤਿੰਨ ਰੇਖਾਵਾਂ ਇੱਕ ਦੂਜੇ ਨੂੰ ਕੱਟਣ ਤੇ ਤ੍ਰਿਭੁਜ ਬਣ ਜਾਂਦਾ ਹੈ, ਹਨਾ। ਸੋ ਤ੍ਰਿਭੁਜ ਦੇ ਸ਼ਿਖਰਾਂ ਦੇ ਨਿਰਦੇਸ਼ ਅੰਕ ਪਤਾ ਕਰੋ ਅਤੇ ਤ੍ਰਿਭੁਜ ਆਕਾਰ ਖੇਤਰ ਨੂੰ ਛਾਇਆ ਅੰਕਿਤ ਕਰੋ, ਸ਼ੇਡ ਕਰੋ। ਮਤਲਬ ਕਿ ਉਹ ਜਿਹੜਾ ਤ੍ਰਿਭੁਜ ਜਿਹੜਾ ਬਣੇਗਾ ਉਹਨੂੰ ਅਲੱਗ ਕਰਕੇ ਕੋਈ ਸ਼ੇਡ ਕਰਕੇ ਛਾਇਆ ਅੰਕਿਤ ਕਰਕੇ ਉਹਨੂੰ ਦਰਸਾਓ। ਸੋ ਬੱਚੇ ਬੜਾ ਸੌਖਾ ਹੈ, ਦਿੱਤਾ ਸਾਡੇ ਕੋਲ ਇੱਕ ਸਮੀਕਰਨ ਹੈਗਾ, ਇੱਕ ਹੈਗਾ। ਸੋ ਅਸੀਂ ਦੋ ਡੱਬੇ ਬਣਾ ਲਏ, ਇਹਨਾਂ ਦੇ ਅਸੀਂ ਮੁੱਲ ਲਵਾਂਗੇ ਐਕਸ ਘਟਾ ਵਾਈ ਜਮਾ 1 ਬਰਾਬਰ 0 ਅਤੇ 3x ਜਮਾ 2y ਘਟਾ 12 ਬਰਾਬਰ 0। ਹੁਣ ਬੱਚੇ ਇੱਕ ਇੱਕ ਕਰਕੇ ਕਰਦੇ ਹਾਂ। ਇਹਨੂੰ ਐਕਸ ਨੂੰ ਜਿਵੇਂ 0 ਪਾਇਆ ਤੇ ਵਾਈ ਆ ਜਾਏਗਾ 1, ਸਾਫ ਪਤਾ ਲੱਗਦਾ। ਜੇ ਮੈਂ ਵਾਈ ਨੂੰ ਆਪਣਾ ਐਕਸ ਨੂੰ 1 ਪਾਇਆ ਤੇ ਬੱਚਿਓ 1 ਔਰ 1 2 ਹੁੰਦਾ, ਸੋ ਇਹ ਘਟਾ ਵਾਈ ਹੈਗਾ। ਸੋ ਜਿਵੇਂ ਵਾਈ ਦਰ ਜਾਏਗਾ ਤੇ ਵਾਈ ਬਰਾਬਰ 2 ਆ ਜਾਏਗਾ। ਤੇ ਜਦੋਂ ਮੈਂ ਐਕਸ ਨੂੰ 3 ਪਾਇਆ ਤੇ 3 ਔਰ 1 4 ਤੇ ਵਾਈ ਬਰਾਬਰ 4 ਆ ਗਿਆ। ਬੜਾ ਸੌਖਾ ਹੀ ਜਵਾਨੀ, ਹਨਾ, ਕੋਈ ਸਾਨੂੰ ਗੁਣਾ ਭਾਗ ਕਰਨ ਦੀ ਲੋੜ ਨਹੀਂ ਹੈਗੀ। ਐਕਸ ਨੂੰ 0 ਪਾਇਆ ਤੇ 2y ਬਰਾਬਰ 12 ਹੋ ਜਾਏਗਾ ਤੇ y ਬਰਾਬਰ 6 ਹੋ ਜਾਏਗਾ। ਜਿਲੇ ਐਕਸ ਨੂੰ 2 ਪਾਇਆ, 3 ਦੂਣੀ 6, ਸੋ 12 ਚੋਂ 6 ਗਿਆ 6, ਸੋ 2 3 6 3 ਆ ਗਿਆ। ਤੇ ਜਦੋਂ ਐਕਸ ਨੂੰ 4 ਪਾਇਆ, 4 3 12, 12 ਚੋਂ 12 ਗਿਆ 0, ਸੋ 2y ਬਰਾਬਰ 0, ਮਤਲਬ y ਬਰਾਬਰ 0। ਸੋ ਬੱਚਿਓ, ਸਾਡੇ ਕੋਲ ਹਰ ਸਮੀਕਰਨ ਦੇ ਦਾ ਤਿੰਨ ਤਿੰਨ ਮੁੱਲ ਐਕਸ ਵਾਈ ਦੇ ਸਾਡੇ ਕੋਲ ਜੋੜੇ ਤਿਆਰ ਹੋ ਗਏ। ਤੇ ਆਓ ਹੁਣ ਅਸੀਂ ਇਹਨਾਂ ਦਾ ਗ੍ਰਾਫ ਖਿੱਚਦੇ ਹਾਂ। ਸੋ ਬੱਚੇ ਇੱਦਾਂ ਲਿਖ ਲਿਆ, ਇਹ ਦੇਖੋ ਇੱਦਾਂ ਕਰਕੇ ਪਾ ਲਿਆ ਇੱਦਾਂ, ਠੀਕ ਹੈ। ਇਹ ਨਾਲ ਡੱਬਾ ਇੱਥੇ ਬਣਾ ਲਿਆ। ਹੁਣ ਦੇਖੋ ਇਹ ਵਾਲਾ ਸਮੀਕਰਨ ਲੈਂਦੇ ਹਾਂ, 0 1। ਸੋ ਇਹ 0 ਅਤੇ 1, ਇੱਕ ਬਿੰਦੂ ਇਹ ਵਾਲੀ ਹੋ ਗਈ, ਫਿਰ 1 ਅਤੇ 2, ਫਿਰ 1 ਅਤੇ ਇਹ 2, ਅਤੇ ਇਹ ਬਿੰਦੀ ਇਹ ਵਾਲੀ, ਦੋ ਬਿੰਦੂ ਇਹ ਵਾਲੀ ਹੋ ਗਈ, ਠੀਕ ਹੈ। ਫਿਰ 3 ਅਤੇ 4, ਸੋ 1 2 3, 1 2 3 ਅਤੇ 4, ਇੱਕ ਬਿੰਦੂ ਇਹ ਹੋ ਗਈ। ਸੋ ਮੈਂ ਰੇਖਾ ਖਿੱਚ ਦਿੱਤੀ ਇਹ ਵਾਲੀ ਨੀਲੀ ਵਾਲੀ। ਸੋ ਪਹਿਲੇ ਸਮੀਕਰਨ ਦੀ ਬੱਚੋ ਇਹ ਰੇਖਾ ਮੇਰੇ ਕੋਲ ਤਿਆਰ ਹੋ ਗਈ। ਹੁਣ ਦੂਜਾ ਸਮੀਕਰਨ ਲੈਂਦੇ ਹਾਂ, 0 ਅਤੇ 6। ਸੋ 0 ਐਕਸ ਅਤੇ 6, ਸੋਰੀ 0 ਐਕਸ, ਐਕਸ 0 ਹੈਗਾ ਅਤੇ ਵਾਈ 6, ਇਹ ਇੱਥੇ ਆ ਗਿਆ ਵਾਲਾ, ਠੀਕ ਹੈ। ਇੱਕ ਬਿੰਦੂ ਇਹ ਆ ਗਿਆ। ਫਿਰ 2 ਅਤੇ 3, ਸੋ 1 2, 1 2 3, ਇੱਕ ਬਿੰਦੂ ਇਹ ਹੋ ਗਿਆ। ਫਿਰ ਆ ਗਿਆ ਬੱਚੋ ਕਹਿੰਦਾ 4 ਅਤੇ 0, ਸੋ 4 ਅਤੇ ਜਾਵਾਂਗੇ 1 2 3 ਅਤੇ 4 ਅਤੇ ਵਾਈ 0 ਹੈਗਾ, ਇੱਥੇ ਆ ਗਿਆ। ਸੋ ਬੱਚੋ ਇਹ ਬਿੰਦੂ ਮੈਂ 3 ਬਣਾਤੇ ਆ ਵਾਲੇ, 1 2 ਅਤੇ 3, ਇਹ ਲਾਲ ਵਾਲੀ ਰੇਖਾ ਆ ਗਈ। ਹੁਣ ਬੱਚੋ ਦੇਖੋ, ਇਸ ਰੇਖਾ ਨੇ ਇਹਨੂੰ ਇੱਥੇ ਕੱਟਿਆ ਨੀਲੀ ਨੂੰ, ਅਤੇ ਐਕਸ ਧੁਰੇ ਨੂੰ ਇੱਥੇ ਕੱਟਿਆ, ਅਤੇ ਇਹ ਨੀਲੀ ਰੇਖਾ ਨੇ ਇਹਨੂੰ ਲਾਲ ਨੂੰ ਇੱਥੇ ਕੱਟਿਆ, ਅਤੇ ਐਕਸ ਧੁਰੇ ਨੂੰ ਇੱਥੇ ਜਾ ਕੇ ਕੱਟਿਆ। ਹੁਣ ਅਸੀਂ ਲੈਣੇ ਨੇ, ਇਹ ਸਾਡੇ ਕੋਲ ਤ੍ਰਿਭੁਜ ਬਣ ਗਿਆ,
ਇਹ ਕੈਵੜੀ ਰੇਖਾ, ਫਿਰ ਇਹ ਐਕਸ ਧੁਰੇ ਦੇ ਨਾਲ ਇਹ, ਅਤੇ ਦੂਜੀ ਰੇਖਾ ਤੀਜੀ ਰੇਖਾ ਹੈ। ਸੋ ਇਹ ਤ੍ਰਿਭੁਜ ਬਣ ਗਿਆ ਅਤੇ ਇਹਨੂੰ ਅਸੀਂ ਸ਼ੇਡਿੰਗ ਕਰ ਦਿੱਤੀ ਹੈ, ਹਰੀਆਂ ਰੰਗ ਦੀਆਂ ਮੈਂ ਲਾਈਨਾਂ ਪਾ ਦਿੱਤੀਆਂ। ਅਤੇ ਇਹ ਜਿਹਨੂੰ ਕਹਿੰਦੇ ਛਾਇਆ ਅੰਕਿਤ ਕਰਨਾ, ਸ਼ੇਡ ਕਰਨਾ, ਤਾਂ ਕਿ ਪਤਾ ਲੱਗੇ ਕਿ ਜਿਹੜਾ ਤ੍ਰਿਭੁਜ ਬਣਿਆ ਹੈ ਦੋ ਰੇਖਾਵਾਂ ਦੇ ਨਾਲ ਅਤੇ ਐਕਸ ਧੁਰੇ ਨਾਲ ਕਿਹੜਾ ਬਣਿਆ। ਹੁਣ ਕਹਿੰਦੇ ਸ਼ਿਖਰਾਂ ਦੇ ਨਿਰਦੇਸ਼ ਅੰਕ ਲੈ ਲਓ। ਸੋ ਬੱਚੇ ਸੌਖਾ ਹੀ ਹੈ, ਅਤੇ ਪਹਿਲਾਂ ਇਹ ਵਾਲਾ ਦੇਖੋ, ਐਕਸ ਧੁਰੇ ਉੱਤੇ ਤਾਂ ਬੱਚਿਓ ਜਿਹੜਾ ਐਕਸ ਹੁੰਦਾ ਹੈ ਉਹ ਸਿਫਰ ਹੁੰਦਾ ਹੈ, ਅਤੇ ਸੋਰੀ ਵਾਈ ਜਿਹੜਾ ਹੁੰਦਾ ਹੈ ਐਕਸ ਧੁਰੇ 'ਤੇ ਵਾਈ ਸਿਫਰ ਹੁੰਦਾ ਹੈ, ਅਤੇ ਐਕਸ ਕਿੰਨਾ ਹੈ ਹੁਣ, ਐਕਸ 0 ਤੋਂ ਖੱਬੇ ਪਾਸੇ ਆ ਗਿਆ, ਘਟਾ 1 ਹੋ ਗਿਆ। ਸੋ ਆ ਗਿਆ ਘਟਾ 1 ਸਿਫਰ, ਠੀਕ ਹੈ। ਦੂਜਾ ਨਿਰਦੇਸ਼ਾਂਕ ਕਿਹੜਾ ਹੈ ਵਾਲਾ, ਜਿੱਥੇ ਕੱਟਦੇ ਪਏ ਨੇ 2 3, ਕਿਉਂਕਿ 1 2 ਅਤੇ 1 2 3। ਸੋ ਵਾਈ 3 ਹੈਗਾ, ਐਕਸ 2 ਹੈਗਾ, ਅਤੇ ਹੁਣ ਇਹ ਧੁਰਾ ਇੱਕ ਵਾਲਾ ਹੈਗਾ, ਐਕਸ ਧੁਰੇ 'ਤੇ ਵਾਈ ਫੇਸ 0 ਹੋਏਗਾ, ਅਤੇ ਐਕਸ ਕਿੰਨਾ ਹੈ, ਇਹ 4 ਹੈਗਾ, ਦੇਖੋ। ਸੋ 4 0। ਸੋ ਨਿਰਦੇਸ਼ਾਂਕ ਹੋ ਗਏ ਘਟਾ 1 0 2 3 ਅਤੇ 4 0। ਐਕਸ ਧੁਰੇ ਨਾਲ ਬਣੇ ਤ੍ਰਿਭੁਜ ਦੇ ਸ਼ਿਖਰਾਂ ਦੇ ਨਿਰਦੇਸ਼ਾਂਕ ਇਸ ਤਰ੍ਹਾਂ ਹਨ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਅਭਿਆਸ ਨੰਬਰ 3.2 ਦਾ ਆਖਰੀ ਸਵਾਲ 7ਵਾਂ, ਅਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।